ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਮੈਮੋਰੀਅਲ ਚੈਰੀਟੇਬਲ ਜਨ ਟਰੱਸਟ ਅਤੇ ਸਪੋਰਟਸ ਕਲੱਬ ਦੇ ਵੱਲੋਂ ਸੰਤਾਂ ਦੀ ਯਾਦ ਨੂੰ ਸਮਰਪਿਤ 1 ਅਤੇ 2 ਫਰਵਰੀ ਨੂੰ ਖੂਹੀ ਸਾਹਿਬ ਖੇਡ ਸਟੇਡੀਅਮ ਅਤੇ ਅਲੋਹਰਾ ਸਾਹਿਬ ਵਿਖੇ ਕਰਵਾਏ ਜਾਣ ਵਾਲੇ 20ਵੇਂ ਕਬੱਡੀ ਥੀ ਟੂਰਨਾਮੈਂਟ ਦਾ ਪੋਸਟਰ ਅੱਜ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਇਆ ਵਾਲਾ ਅਤੇ ਪ੍ਰਬੰਧਕਾਂ ਦੇ ਵੱਲੋਂ ਰਿਲੀਜ਼ ਕੀਤਾ ਗਿਆ। ਉਹਨਾਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੱਧ ਚੜ੍ਹ ਕੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਣ ਦੀ ਖਾਸ ਅਪੀਲ ਕੀਤੀ ਹੈ। ਕਲੱਬ ਦੀ ਪ੍ਰਧਾਨ ਸੰਤਾਂ ਦੇ ਭਰਾ ਬਾਬਾ ਸੰਤ ਸਿੰਘ, ਸਰਨਜੀਤ ਸਿੰਘ, ਦਰਸ਼ਨ ਸਿੰਘ ਮਾਨ ਅਤੇ ਗੁਰਵਿੰਦਰ ਸਿੰਘ ਖਹਿਰਾ ਨੇ ਦੱਸਿਆ, ਟੂਰਨਾਮੈਂਟ ਦੇ ਦੌਰਾਨ ਕਬੱਡੀ 1 ਪਿੰਡ ਓਪਨ 35-45-55-65 ਕਿਲੋ ਵਜ਼ਨ ਦੀਆਂ ਟੀਮਾਂ ਦੇ ਹੋਣਗੇ, ਸੋ ਇਸੇ ਦੌਰਾਨ ਮੁਕਾਬਲੇ ਵੀ ਕਰਵਾਏ ਜਾਣਗੇ। ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਮੈਮੋਰੀਅਲ ਚੈਰੀਟੇਬਲ ਵੱਲੋਂ ਜਿਹੜਾ ਸੰਤਾਂ ਦੇ 80ਵੇਂ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ 20ਵਾਂ ਸ਼ਾਨਦਾਰ ਕਬੱਡੀ ਕੱਪ ਮਿਤੀ 1 ਅਤੇ 2 ਫਰਵਰੀ ਦਿਨਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਜਿਹੜਾ ਖੂਹੀ ਸਾਹਿਬ ਸਟੇਡੀਅਮ ਲਾਹੌਰਾਂ ਵਿਖੇ ਕਰਵਾਇਆ ਜਾ ਰਿਹਾ। ਮੇਰੀ ਸਮੁੱਚੇ ਖਿਡਾਰੀਆਂ ਨੂੰ ਅਤੇ ਖੇਡ ਪ੍ਰੇਮੀਆਂ ਨੂੰ ਬੇਨਤੀ ਆ ਕਿ ਹੁੰਮ ਹੁਮਾ ਕੇ ਪਹੁੰਚੋ ਅਤੇ ਖੇਡਾਂ ਦਾ ਆਨੰਦ ਮਾਣੋ। ਇਸ ਟੂਰਨਾਮੈਂਟ ਦੇ ਵਿੱਚ 35 ਕਿਲੋ, 45 ਕਿਲੋ, 55 ਕਿਲੋ, 65 ਕਿਲੋ ਅਤੇ 75 ਕਿਲੋ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਅਖੀਰਲੇ ਦਿਨ 1 ਪਿੰਡ ਓਪਨ ਦੀਆਂ ਟੀਮਾਂ ਦੇ ਫਸਵੇ ਮੈਚ ਹੋਣਗੇ ਅਤੇ ਖੇਡਾਂ ਦਾ ਆਨੰਦ ਮਾਣ ਲਈ ਅਤੇ ਖਿਡਾਰੀਆਂ ਦਾ ਹੌਸਲਾ ਅਫਜਾਈ ਕਰਨ ਲਈ ਤੁਸੀਂ ਖੇਡ ਸਟੇਡੀਅਮ ਖੂਹੀ ਸਾਹਿਬ ਲਾਹੌਰਾਂ ਵਿਖੇ ਹੁੰਮ ਹੁਮਾ ਕੇ ਪਹੁੰਚੋ ਅਤੇ ਖੇਡਾਂ ਦਾ ਆਨੰਦ ਮਾਣੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਮੂਹ ਸੰਗਤ ਜੀ, ਖਿਡਾਰੀ ਵੀਰਾਂ ਨੂੰ, ਦਰਸ਼ਕ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮੈਮੋਰੀਅਲ ਚੈਰੀਟੇਬਲ ਐਂਡ ਸਪੋਰਟਸ ਕਲੱਬ ਵੱਲੋਂ ਜੋ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ 80ਵੇਂ ਜਨਮ ਦਿਨ ਵਿੱਚ ਦੇ ਸੰਬੰਧ ਵਿੱਚ ਇਹ ਜਿਹੜਾ 20ਵਾਂ ਸ਼ਾਨਦਾਰ ਕਬੱਡੀ ਟੂਰਨਾਮੈਂਟ 1-2 ਫਰਵਰੀ ਨੂੰ 2024 ਨੂੰ ਕਰਵਾਇਆ ਜਾ ਰਿਹਾ। ਸੋ ਸਾਰੇ ਦਰਸ਼ਕ ਵੀਰਾਂ ਨੂੰ, ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਖੇਡਾਂ ਦਾ ਆਨੰਦ ਮਾਣੋ। ਸੋ ਇਹਦੇ ਵਿੱਚ 1 ਪਿੰਡ ਓਪਨ 75 ਕਿਲੋ, 65 ਕਿਲੋ ਅਤੇ 55 ਕਿਲੋ, 45 ਕਿਲੋ, 55 ਕਿਲੋ ਦੀਆਂ ਵੇਟਾਂ ਦੇ ਮੈਚ ਹੋਣਗੇ। ਸੋ ਇਲਾਕਾ ਨਿਵਾਸੀਆਂ ਨੂੰ ਅਤੇ ਸਾਰੇ ਹੀ ਖੇਡ ਪ੍ਰੇਮੀਆਂ ਨੂੰ ਅਤੇ ਖਿਡਾਰੀਆਂ ਨੂੰ, ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਖੇਡਾਂ ਦਾ ਆਨੰਦ ਮਾਰੋ। ਇੱਥੇ ਗੁਰੂ ਦਾ ਲੰਗਰ ਵੀ ਅਤੁੱਟ ਵਰਤੇਗਾ। ਸੋ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਹੈ ਕਿ 1-2 ਫਰਵਰੀ ਨੂੰ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ 80ਵੇਂ ਜਨਮ ਦਿਨ ਵਿੱਚ ਜਿਹੜਾ ਇਹ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਸੋ ਉਸ ਵਿੱਚ ਹੁੰਮ ਹਮਾ ਕੇ ਪਹੁੰਚੋ ਜੀ। ਸੰਤ ਬਾਬਾ ਸੁਖਦੇਵ ਸਿੰਘ ਜੀ ਲਾਹੌਰਾਂ ਸਾਹਿਬ ਵਾਲਿਆਂ ਦਾ 20ਵਾਂ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਸਾਰੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਹੁੰਮ ਹਮਾ ਕੇ ਪਹੁੰਚੋ, ਪਰ ਗੁਰੂ ਦਾ ਲੰਗਰ ਟੁੱਟ ਵਰਤੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।